ਫਰੀਦਕੋਟ ਪੁਲਿਸ ਨੇ ਨਸ਼ੇ ਦੇ ਖਿਲਾਫ ਛੇੜੀ ਮੁਹਿੰਮ ਦੇ ਵਿਚ ਫਰੀਦਕੋਟ ਪੁਲਿਸ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਪੁਲਿਸ ਲਾਈਨ ਦੇ ਨਾਲੋਂ ਇੱਕ ਕੋਠੀ ਦੇ ਵਿਚੋਂ ਸ਼ਰਾਬ ਦੀਆਂ 200 ਪੇਟੀਆਂ ਤੇ ਇੱਕ ਪਿਸਟਲ ਸਮੇਤ ਇੱਕ ਸ਼ਰਾਬ ਤਸਕਰ ਨੂੰ ਕਾਬੂ ਕੀਤਾ ਜਦਕਿ ਉਸਦੇ ਦੋ ਸਾਥੀ ਮੌਕੇ ਤੋਂ ਹੀ ਸਕਾਰਪੀਓ ਗੱਡੀ ਦੇ ਵਿਚ ਫਰਾਰ ਹੋਣ ਦੇ ਵਿਚ ਕਾਮਯਾਬ ਹੋ ਗਏ ਨੇ। ਜੇਕਰ ਸੂਤਰਾਂ ਦੀ ਮੰਨੀਏ ਤਾਂ ਫਰਾਰ ਹੋਣ ਵਾਲਿਆਂ ਦੇ ਵਿਚ ਇੱਕ ਵਿਅਕਤੀ ਪੁਲਿਸ ਕਰਮਚਾਰੀ ਦਾ ਬੇਟਾ ਵੀ ਹੈ ਅਤੇ ਜਿਸ ਘਰ ਦੇ ਵਿਚੋਂ ਇਹ 200 ਪੇਟੀ ਸ਼ਰਾਬ ਬਰਾਮਦ ਕੀਤੀ ਗਈ ਹੈ ਉਹ ਘਰ ਵੀ ਪੁਲਿਸ ਕਰਮਚਾਰੀ ਦਾ ਹੀ ਹੈ। ਫਿਲਹਾਲ ਪੁਲਿਸ ਨੇ 3 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਅਤੇ ਕਾਬੂ ਕੀਤੇ ਇੱਕ ਵਿਅਕਤੀ ਨੂੰ ਮਾਣਯੋਗ ਅਦਾਲਤ ਦੇ ਵਿਚ ਪੇਸ਼ ਕੀਤਾ ਜਾਵੇਗਾ ਅਤੇ ਬਾਕੀ ਦੀ ਕਾਰਵਾਈ ਫਿਲਹਾਲ ਜਾਰੀ ਹੈ। ਰਾਤ ਕਰੀਬ 12 ਵਜੇ ਦੇ ਨੇੜੇ ਸਬ ਇੰਸਪੈਕਟਰ ਜਸਪਾਲ ਸਿੰਘ ਜਿਹੜੇ CAA ਸਟਾਫ ਦੇ ਵਿੱਚ ਤੈਨਾਤ ਨੇ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਮਿਲੀ ਸੀਗੀ ਕਿ ਪੁਲਿਸ ਲਾਈਨ ਦੀ ਬੈਕ ਸਾਈਡ ਦੇ ਕਲੋਨੀ ਵਿੱਚ ਇੱਕ ਕਰਨਵੀਰ ਸਿੰਘ ਨਾਂ ਦਾ ਸ਼ਖਸ ਆ ਜਿਹਦੀ ਕੋਠੀ ਹੈ ਪਿੱਛੇ ਅਤੇ ਉਹ ਸ਼ਰਾਬ ਦਾ ਭਾਰੀ ਮਾਤਰਾ ਵਿੱਚ ਕੰਮ ਕਰਦਾ ਅਤੇ ਹੋ ਸਕਦਾ ਵੀ ਉਹਦੇ ਕੋਲ ਕੋਈ ਵੈਪਨ ਵੀ ਹੋਣ। ਇਸ ਇਨਫੋਰਮੇਸ਼ਨ ਨੂੰ ਡਿਵੈਲਪ ਕਰਨ ਵਾਸਤੇ SI ਜਸਪਾਲ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਉਹਨਾਂ ਨੇ ਦੇਖਦਿਆਂ ਇੱਕ ਸਕਾਰਪੀਓ ਗੱਡੀ ਜਿਹੜੀ ਉਹ ਮੌਕੇ ਤੋਂ ਭੱਜ ਗਈ ਅਤੇ ਕੋਠੀ ਦੀ ਸਰਚ ਕਰਨ ਦੇ ਉੱਤੇ ਇੱਕ ਸ਼ਖਸ ਹਰਪ੍ਰੀਤ ਸਿੰਘ ਸਨ ਆਫ ਚਰਨਜੀਤ ਸਿੰਘ ਵਾਸੀ ਡੋਗਰ ਬਸਤੀ ਇਹਨੂੰ ਉੱਥੇ ਮੌਕੇ 'ਤੇ ਗ੍ਰਿਫਤਾਰ ਕੀਤਾ ਅਤੇ ਨਾਲ ਹੀ ਇਹਦੇ ਕੋਲੋਂ 200 ਪੇਟੀ ਸ਼ਰਾਬ ਅਤੇ ਇੱਕ ਇਹਦੇ ਕੋਲ 32 ਬੋਰ ਦਾ ਜਿਹੜਾ ਰਿਵਾਲਵਰ ਉਹ ਬਰਾਮਦ ਕੀਤਾ। ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਮੌਕੇ ਤੋਂ ਜੋ ਪਤਾ ਲੱਗਾ ਕਿ ਦੋ ਸ਼ਖਸੀਅਤ ਹੋਰ ਸੀਗੀਆਂ ਨਾਲ ਪ੍ਰਦੀਪ ਸਿੰਘ ਅਤੇ ਕਰਨਵੀਰ ਸਿੰਘ ਜਿਹੜਾ ਕਿ ਘਰ ਦਾ ਮਾਲਕ ਆ ਕਰਨਵੀਰ ਉਹ ਮੌਕੇ ਤੋਂ ਦੋਵੇਂ ਫਰਾਰ ਨੇ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ, ਜਗਤ ਸੇਵਕ, ਵੈਬ TV।